ਟੀਮ ਦੇ ਨਾਲ ਆਪਾਂ ਪੰਜਵਾਂ ਵਿਸ਼ਵ ਇਹ ਕਬੱਡੀ ਕੱਪ ਇੰਟਰਨੈਸ਼ਨਲ ਕਬੱਡੀ ਕੱਪ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਕਰਵਾ ਰਹੇ ਹਾਂ ਹੋਲੇ ਮਹੱਲੇ ਦੇ ਸੋ ਅਵਸਰ ਤੇ ਪੁੱਜੀਆਂ ਹੋਈਆਂ ਸਾਰੀਆਂ ਸਾਧ ਸੰਗਤ ਨੂੰ ਸਾਰੇ ਖਿਡਾਰੀਆਂ ਨੂੰ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਜੀ ਆਇਆ ਆਖਦਾ ਉੱਥੇ ਸਾਡੇ ਸਪਾਂਸਰ ਜੋ ਵਿਸ਼ੇਸ਼ ਤੌਰ ਤੇ ਇਸ ਕਬੱਡੀ ਕੱਪ ਨੂੰ ਹਰ ਸਾਲ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੱਲ ਰੋਡ ਲੈਂਸ ਬਾਫਨਾ ਮੋਟਰਸ ਐਮਸੀਐਸ ਟੂਰ ਕੇ ਜੀ ਇੰਡਸਟਰੀ ਸਕਿਉਰਟੀ ਸਿਮਰਨ ਟਰਾਂਸਪੋਰਟ ਹਰਵਿੰਦਰ ਟਰਾਂਸਪੋਰਟ ਬੰਬੇ ਪਟਨਾ ਰੋਡਵੇਜ ਰੁਪਿੰਦਰ ਸਰਵਿਸ ਸੈਂਟਰ ਬਾਜਵਾ ਟਰਾਂਸਪੋਰਟ ਪੀਐਨਸੀ ਬੈਂਕ ਤੇ ਡਾਇਮੰਡ ਰੋਡ ਲੈਂਸ ਜੋ ਸਾਡੇ ਸਪੋਂਸਰ ਨੇ ਬਾਜਵਾ ਟਰਾਂਸਪੋਰਟ ਮਿਸਤਾਨ ਆਇਲ ਕੰਪਨੀ ਅਮਰਤ ਕਰੀਅਰਸ ਬਲ ਲੋਜਿਸਟਿਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਸਾਡੇ ਦਰਮਿਆਨ ਬਿਰਾਜਮਾਨ ਹੋਏ ਨੇ ਜਿਨ੍ਹਾਂ ਦਾ ਬਹੁਤ ਹੀ ਅਦਬ ਦੇ ਨਾਲ ਸਵਾਗਤ ਕੀਤਾ ਗਿਆ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆ ਆਖਿਆ ਗਿਆ ਥੋੜ੍ਹੇ ਸਮੇਂ ਦੇ ਵਿੱਚ ਹੀ ਕਬੱਡੀ ਦੇ ਮੈਚਾਂ ਦੀ ਸ਼ੁਰੂਆਤ ਹੋ ਰਹੀ ਹੈ ਪੰਜਵੇਂ ਸਾਲ ਦੇ ਵਿੱਚ ਪੁੱਜਿਆ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਇਸ ਦੇ ਪ੍ਰਬੰਧਕਾਂ ਦਾ ਸਰਦਾਰ ਦਲਜੀਤ ਸਿੰਘ ਜੀ ਬੱਲ ਪ੍ਰਧਾਨ ਸਾਹਿਬ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਪੰਜਵੇਂ ਸਾਲ ਦੇ ਵਿੱਚ ਇਸ ਕਬੱਡੀ ਕੱਪ ਨੂੰ ਲੈ ਕੇ ਪੁੱਜੇ ਨੇ ਦੁਨੀਆ ਭਰ ਦੇ ਸੁਪਰ ਸਟਾਰ ਖਿਡਾਰੀ ਅੱਜ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰਤੀ ਨੂੰ ਸਜਦਾ ਕਰਨ ਦੇ ਵਾਸਤੇ ਦੇਸ਼ ਵਿਦੇਸ਼ ਤੋਂ ਖਿਡਾਰੀ ਕੋਚ ਸਾਹਿਬਾਨ ਖੇਡ ਸ਼ਖਸੀਅਤਾਂ ਪੁੱਜੀਆਂ ਨੇ ਆਪਾਂ ਜੀ ਆਇਆਂ ਆਖਦੇ ਹਾਂ ਸਾਡੇ ਕੋਚ ਸਾਹਿਬ ਹੈਪੀ ਲਿਤਰਾ ਜੀ ਜੋ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵੱਲੋਂ ਪੁੱਜੇ ਨੇ ਸਿੰਧਾ ਸੋਜਾਪੁਰ ਜੀ ਬੇਨਤੀ ਕਰਦੇ ਨੇ ਵੀ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ ਉਹਨਾਂ ਦੇ ਕੋਚ ਸਾਹਿਬਾਨ ਆਪਣੇ ਖਿਡਾਰੀਆਂ ਨੂੰ ਲੈ ਕੇ ਗਰਾਊਂਡ ਦਾ ਜਿਹੜਾ ਮਾਰਚ ਪਾਸਟ ਕਰਨਗੇ ਸੋ ਬੇਨਤੀ ਹੈ ਸਾਰੇ ਕੋਚ ਸਾਹਿਬਾਨ ਦਰਸ਼ਨ ਕਰਾ ਚੋ ਜੀ ਸਿੰਧਾ ਸੋਜਾਪੁਰ ਹੈਪੀ ਲਿਤਰਾ ਜੀ ਸਾਡੇ ਕੋਚ ਸਾਹਿਬਾਨ ਉਹ ਨੋਟ ਕਰਨਗੇ ਵੀ ਇੱਕ ਮਾਰਚ ਪਾਸਟ ਹੋਵੇ ਗਰਾਊਂਡ ਦਾ ਸਾਰੀਆਂ ਟੀਮਾਂ ਖਿਡਾਰੀ ਗਰਾਊਂਡ ਦਾ ਮਾਰਚ ਪਾਸਟ ਕਰਨਗੇ ਸੋ ਬੇਨਤੀ ਵੀ ਆਪਣੇ ਖਿਡਾਰੀਆਂ ਨੂੰ ਤਿਆਰ ਕਰ ਲੈਣ ਬਹੁਤ ਸਤਿਕਾਰਯੋਗ ਸੁਪਰਡੈਂਟ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਚਿਰਾਗੀਆ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਆਖਦੇ ਆਪਾਂ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਚਿਰਾਗੀਆ ਸਾਹਿਬ ਸਾਡੇ ਦਰਮਿਆਨ ਪੁੱਜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਆਖਿਆ ਜਾ ਰਿਹਾ ਹੈ ਜਿੱਥੇ ਵਿਸ਼ੇਸ਼ ਤੌਰ ਤੇ ਅੱਜ ਦੇ ਟੂਰਨਾਮੈਂਟ ਦਾ ਉਦਘਾਟਨ ਕਰਨ ਦੇ ਲਈ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਕੁਲਵੰਤ ਸਿੰਘ ਜੀ ਸਤਿਖੰਡ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਨੇ ਉੱਥੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸਰਦਾਰ ਰਣਜੀਤ ਸਿੰਘ ਜੀ ਚਿਰਾਗੀਆ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਨੇ ਜੀ ਆਇਆਂ ਆਖਦੇ ਹਾਂ ਸਰਦਾਰ ਅਮੋਲਕ ਸਿੰਘ ਜੀ ਗਾਖਲ USA ਤੋਂ ਬੜੀ ਸਤਿਕਾਰਯੋਗ ਸ਼ਖਸੀਅਤ ਹਨ ਕਬੱਡੀ ਜੀ ਭਾਵੇਂ ਟੋਰਾਂਟੋ ਦਾ ਵਰਲਡ ਕੱਪ ਹੋਵੇ ਭਾਵੇਂ USA ਦੇ ਕਬੱਡੀ ਕੱਪ ਹੋਣ ਜਾਂ ਪੰਜਾਬ ਦੀ ਧਰਤੀ ਹੋਵੇ ਬਹੁਤ ਮਾਣ ਦਿੰਦੇ ਨੇ ਖੇਡ ਕਬੱਡੀ ਨੂੰ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਰਦਾਰ